ਲੁਧਿਆਣਾ ਦੇ ਅਬਦੁੱਲਾਪੁਰ ਬਸਤੀ ਵਿੱਚ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਦੋ ਗੁੱਟਾਂ ਵਿੱਚ ਆਪਸੀ ਝੜਪ ਹੋ ਗਈ ਅਤੇ ਇੱਕ ਗੁੱਟ ਵੱਲੋਂ ਦੂਜੇ ਗੁੱਟ ਤੇ ਇੱਟਾਂ ਰੋੜੇ ਤੇ ਫਾਇਰਿੰਗ ਕੀਤੀ ਗਈ। ਇੱਕ ਗੁੱਟ ਵੱਲੋਂ ਫਾਇਰਿੰਗ ਕੀਤੇ ਜਾਣ ਤੇ ਦੂਜੇ ਗੁੱਟ ਦੇ ਮਨਜੀਤ ਸਿੰਘ, ਗੁਰਚਰਨ ਸਿੰਘ ਅਤੇ ਕੁਲਵਿੰਦਰ ਸਿੰਘ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਲੁਧਿਆਣਾ ਦੇ DMC ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੌਕੇ ਦੇ ਚਸ਼ਮਦੀਦ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਕੇ ਸਾਰੀ ਜਾਣਕਾਰੀ ਦਿੱਤੀ ਗਈ। ਮੇਰਾ ਨਾਮ ਜਸਵੀਰ ਸਿੰਘ। ਮੈਂ ਅਬਦੁੱਲਾਪੁਰ ਬਸਤੀ ਗਲੀ ਨੰਬਰ 3 ਹਾਊਸ ਨੰਬਰ ਮੇਰਾ 253। ਸਰ ਮੇਰਾ ਖੜਾ ਸੀ ਬ੍ਰਦਰ ਛੋਟਾ ਆਪਣੇ ਇੱਥੇ ਮੋੜ 'ਤੇ, ਰੋਟੀ ਖਾ ਕੇ ਨਿਕਲਿਆ ਹੀ ਪਿਆ ਸੀ ਸੈਰ ਕਰਨ ਵਾਸਤੇ ਗਿਆ। ਚਾਰ ਪੰਜ ਮੁੰਡੇ ਆਏ ਜਿਨ੍ਹਾਂ ਦੇ ਵਿੱਚ ਜੋਨੀ, ਗੋਲਡੀ, ਭੋਲੂ, ਚੰਦੂ, ਮਿੱਠੂ, ਮਨਦੀਪ ਅਤੇ ਭੱਲਾ ਜਿਹੜੇ, ਇਹਨਾਂ ਆਉਂਦੇ ਕੋਈ ਗੱਲ ਨਹੀਂ ਕੀਤੀ, ਆਉਂਦੇ ਹੀ ਉਹਦੇ ਘਸੁੰਨ ਮਾਰਿਆ। ਜਦੋਂ ਛੋਟਾ ਬ੍ਰਦਰ ਭੱਜ ਕੇ ਉੱਧਰ ਨੂੰ ਗਿਆ, ਜਦੋਂ ਸਾਨੂੰ ਵੱਜ ਆਈਆਂ ਹੋਰ ਬ੍ਰਦਰ ਮੇਰੇ ਨਿਕਲੇ, ਉਹ ਵੀ ਭੱਜ ਕੇ ਜਦੋਂ ਗਏ ਇੰਨੇ ਨੂੰ ਉਹ ਭੱਜ ਲਏ। ਜਦੋਂ ਭੱਜੇ ਉਸ ਤੋਂ ਬਾਅਦ 35-40 ਮੁੰਡੇ ਇਕੱਠੇ ਹੋ ਕੇ ਫਿਰ ਆ ਗਏ। ਆਉਂਦੇ ਉਹਨਾਂ ਇੱਟੇ ਰੋੜੇ ਬੜੇ ਚਲਾਏ ਉਹਨਾਂ ਕੋਲ ਪਿਸਤੌਲਾ ਸੀ, ਉਹ ਵੀ ਉਹਨਾਂ ਫਾਇਰ ਵੀ ਵਾਧੂ ਕੀਤੇ। ਜਦੋਂ ਫਾਇਰ ਵਗੈਰਾ ਕੀਤੇ ਅਸੀਂ ਸਾਰੇ ਆਪਣੇ ਅੰਦਰਾਂ ਨੂੰ ਵੜ ਗਏ। ਘੱਟੋ ਘੱਟ 12 ਤੋਂ 15 ਫਾਇਰ ਉਹਨਾਂ ਦੇ, ਜਿਹੜੇ ਸਾਡੀ ਗਿਣਤੀ ਆਪਣੀ ਵੀ ਇੰਨੇ ਕੁ ਹੋਏ ਆ। ਨਹੀਂ, ਸਾਡੇ ਨਹੀਂ ਫਾਇਰ ਕਿਸੇ ਦੇ, ਐਵੇਂ ਕਿਵੇਂ ਲੱਗਿਆ। ਦੂਜੇ ਪਾਸੇ ਪੁਲਿਸ ਨੂੰ ਦਿੱਤੀ ਇਤਲਾਹ ਤੋਂ ਬਾਅਦ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈਂਦੇ ਹੋਏ ਬਣਦੀ ਹੋਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 9 ਵਜੇ ਦੇ ਦੋ ਗਰੁੱਪਾਂ 'ਚ ਲੜਾਈ ਹੋਈ, ਮੌਕੇ 'ਤੇ ਆਏ ਹਾਂ, ਦੇਖ ਕੇ ਵੈਰੀਫਾਈ ਕਰਕੇ ਸਾਰਾ ਦੱਸ ਦਿੰਦੇ। 9 ਵਜੇ ਦਾ ਹਜੇ ਤਾਂ ਚੈੱਕ ਕਰਕੇ ਤੁਹਾਨੂੰ ਸਾਰਾ ਦੱਸ ਦਿੰਦੇ। ਹਾਂ, ਅਬਦੁੱਲਾਪੁਰ ਬਸਤੀ ਚਿੱਟਾਕੋਟ। ਨਹੀਂ ਹਜੇ ਕੁਛ ਨਹੀਂ, ਹਜੇ ਤੁਹਾਨੂੰ ਦੱਸਿਆ ਵੀ ਵੈਰੀਫਾਈ ਕਰਕੇ ਦੱਸ। ਇਸ ਘਟਨਾ ਤੋਂ ਬਾਅਦ ਮੁਹੱਲੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਆਮ ਜਨਤਾ ਇਹਨਾਂ ਗੁੰਡੇ ਅੰਸਰਾਂ ਕਰਕੇ ਖੌਫ ਦੇ ਸਾਏ ਵਿੱਚ ਜੀ ਰਹੀ ਹੈ। ਉਮੀਦ ਕਰਦੇ ਹਾਂ ਕਿ ਪੁਲਿਸ ਇਹਨਾਂ ਨੂੰ ਕੈਦ ਕਰਕੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਏਗੀ। ਲੁਧਿਆਣਾ ਤੋਂ ਦੀਪਕ ਪਾਂਡੇ ਦੀ ਰਿਪੋਰਟ, ਚੜ੍ਹਦੀ ਕਲਾ ਟਾਈਮ TV।